लाओ भाई क्लब चाहे थे क्लब, क्या बात है भाई, ब्रावो ब्रावो मीनिंग वेरी गुड, वाह क्या बात है यार, बड़ा सोहना बनाया यार क्लब है। असी अज दारू देना आए सी क्लब दे विच, उही मैं हस रहा सी आ, मां इंडिया भी यार दारू चक्की फ्री आंदे सी, इत्थे भी दारू चक्की फ्री आने हैं, इधर छड्या दारू उन्हू फड़ाया दारू, बस दारू दारू अनलिमिटेड बंदे आ ना, इस करके किधर मर्जी नंगा तह पड़ा गया, पर सिस्टम का नहीं पता भी की जिंगाड़ मिनट तह बड़ा बड़े जिंगाड़ आ जे देखिए तो। आप वैसे साइप्रस माड़ा नहीं यार, इन्ना भी माड़ा नहीं, पहला चलो हुंदा है ना बंदा जो नवा नवा आता उन्होंने कई औखाइयां का सामना करना पैंदा है ना, औखाइयां का सामना करना पैंदा, तो वधिया भी आ इदां दी गल नहीं, कमाई हैगी है, पर जिहड़े बंदे इंडिया वधिया काम करदे ने उहनां लई ठीक है, उहनां लई साइप्रस कोई माड़ा नहीं हैगा, पर जिन्हां ने इंडिया काम नहीं किया यार उहनां लई तां बहुत औखा है ना, क्योंकि कोई पता नहीं किहड़ा काम करना पै जाए, जिहड़े बंदे खेतीबाड़ी करके आए होंदे ने हार्ड वर्क करके आए होंदे ने उहनां लई साइप्रस कोई औखा नहीं। हुण मेरे वर्गे नूं किधर मर्जी डा देना, भावें सारे दिहाड़ी ते भेज देना, भावें घा खर्चा लेना, भावें हुण क्लब च आए होए ते अज ठीक आ, ਜਿਹੋ ਜਿਹਾ ਮਰਜ਼ੀ ਕੰਮ ਮਿਲ ਜਾਵੇ ਉਹ ਜਿਹਾ, ਮਤਲਬ ਘੈਂਟਾ ਕਲੱਬ ਆ, ਸਿਰੇ ਦੇ ਕਲੱਬ ਨੇ ਇੱਥੇ ਠੀਕ ਆ, ਤੁਸੀਂ ਕੁਰਸੀਆਂ 'ਤੇ ਅੰਦਾਜ਼ਾ ਲਾ ਸਕਦੇ ਹੋ ਦੇਖੋ ਹੈ ਨਾ, ਵੀ ਜਦੋਂ ਕੁਰਸੀਆਂ ਇੰਨੀਆਂ ਘੈਂਟ ਨੇ ਠੀਕ ਆ, ਫਿਰ ਕਲੱਬ ਦੇ ਵਿੱਚ ਪੈਸੇ ਵੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੈਂਦੇ ਹੋਣਗੇ, ਜਿੱਥੇ ਤੱਕ ਆਪਾਂ ਦੇਖ ਰਹੇ ਹਾਂਗੇ ਵੀ ਬਹੁਤ ਸਿਰੇ ਦਾ ਕਲੱਬ ਆ ਹੈ ਨਾ। ਸਫਾਈ ਵੈਸੇ ਯਾਰ ਸਫਾਈ ਤਾਂ ਫੋਰਨ ਕੰਟਰੀਆਂ ਦੇ ਵਿੱਚ ਕਿੱਥੇ ਮਰਜ਼ੀ ਚੱਲ ਜਾਈਏ ਆਪਾਂ ਸਾਰੀ ਕਿੱਤੀ ਮਤਲਬ ਸਫਾਈ ਹੁੰਦੀ ਆ ਹੈ ਨਾ, ਅਤੇ ਸਾਡੀ ਇੰਡੀਆ ਦੇ ਵਿੱਚ ਜਿਹੜੇ ਮਤਲਬ ਆਪਾਂ ਸਫਾਈ ਨਹੀਂ ਰੱਖਦੇ ਸਾਡੇ ਠੀਕ ਆ, ਵੈਸੇ ਸਾਡੇ ਰੈਸਟੋਰੈਂਟਾਂ ਦੇ ਵਿੱਚ ਤਾਂ ਹੁੰਦੀ ਆ ਸਫਾਈ ਸਾਰੀ ਕਿਤੇ ਵਗ ਜੀ ਆਪਾਂ ਜੀ ਹੈ ਨਾ, ਪਰ ਫਿਲਹਾਲ ਹੋਰ ਕਿਤੇ ਨਹੀਂ ਹੈ ਨਾ। ਬਾਕੀ ਯਾਰ ਘੈਂਟ ਆ ਸਿਰਾ ਪੂਰਾ ਐਨ ਵਧੀਆ, ਅਤੇ ਉਹ ਦਾਰੂ ਪਈ ਆ ਠੀਕ ਆ, ਦਾਰੂ ਛੱਡਣ ਆਏ ਸੀ ਅਸੀਂ, ਹੋਰ ਆ ਉਹ ਆਪਣਾ ਯਾਰ ਯਾਰ ਮਿੱਤਰ ਹੀ ਆਪਣਾ ਹੈ ਨਾ, ਦੇਖੋ ਦਾਰੂ ਪਈ ਆ ਹਾਲੇ, ਅਸੀਂ ਕਹਿ ਰਹੇ ਜੀ ਮਾਂ ਪਹਿਲਾਂ ਇੰਡੀਆ ਦਾਰੂ ਚੱਕਲਾ ਧਰ ਲਾ ਚੱਕਲਾ ਧਰ ਲਾ, ਹੁਣ ਇੱਥੇ ਚੱਕਲਾ ਧਰ ਲਾ ਚੱਕਲਾ ਧਰ ਲਾ, ਜਿੱਥੇ ਲੱਗੇ ਹੋਏ ਆ ਰੈਸਟੋਰੈਂਟ 'ਚ ਉਹਦਾ ਚਲੋ ਪੱਕੀ ਜੋਬ ਆ ਮੇਰੇ ਪੱਕਾ ਕੰਮ ਆ, ਕਈ ਬਾਈ ਪੁੱਛਦੇ ਨੇ ਬਾਈ ਤੂੰ ਪੱਕਾ ਕੰਮ ਨਹੀਂ ਕਰਦਾ, ਬਾਈ ਪੱਕਾ ਕੰਮ ਮੇਰਾ ਰੈਸਟੋਰੈਂਟ 'ਤੇ ਆ, ਉੱਥੇ ਪੱਕਾ ਹੀ ਹੈ, ਆ ਤਾਂ ਮੈਂ ਪਾਰਟ ਟਾਈਮ ਜੋਬ ਕਰ ਲੈਂਦਾ ਉਹਨਾਂ ਖਰਚੇ ਖੁਰਚੇ ਕੱਢਣ ਵਾਸਤੇ, ਹੋਰ ਮਤਲਬ ਵੀ ਚਲੋ ਰੈਂਟ ਰੁੰਟ ਭਰਿਆ ਜਾਂਦਾ ਯਾਰ ਹੈ ਨਾ, ਕੋਈ ਹੋਰ ਚੱਲ ਐਂ ਵੀ ਸੈਲਰੀ ਸੁਲਰੀ ਵਧੀਆ ਆਪਾਂ ਆਪਦੀ ਬਚਾ ਲੈਂਦੇ ਹੈ ਨਾ, ਤਾਂ ਕਈ ਬਾਈ ਪੁੱਛਦੇ ਨੇ ਕਿੰਨੀ ਕੁ ਕਮਾਈ ਹੋ ਜਾਂਦੀ ਆ, ਬਾਈ ਤੇਰੇ 'ਤੇ ਡਿਪੈਂਡ ਆ ਕਿ ਤੂੰ ਕਿੰਨੀ ਕੁ ਕਮਾ ਸਕਦਾ ਠੀਕ ਆ, ਕਮਾਈ ਵਧੀਆ ਬਾ ਖਰਚੇ ਖੁਰਚੇ ਕੱਢ ਕੇ ਬੰਦੇ ਵਧੀਆ ਬਚਾਈ ਵੀ ਜਾਂਦੇ ਨੇ, ਵਿੱਚ ਬੰਦੇ ਲੱਖ ਰੁਪਈਆ ਬਚਾਈ ਜਾਂਦੇ, ਵਿੱਚ ਬੰਦੇ 80,000 ਬਚਾਈ ਜਾਂਦੇ, ਵਿੱਚ ਬੰਦੇ ਕੁਛ ਵੀ ਨਹੀਂ ਬਚਾਉਂਦੇ, ਕਿਸੇ 40-45 ਰਹਿ ਜਾਂਦੇ 30 ਰਹਿ ਜਾਂਦੇ, ਜ਼ਰੂਰੀ ਨਹੀਂ ਹੁੰਦਾ ਠੀਕ ਆ, ਵੀ ਕਮਾਈ ਦੀ ਗੱਲ ਕਰੀਏ ਤਾਂ ਵੀ ਕਮਾਈ ਬਹੁਤ ਜ਼ਿਆਦਾ ਵੀ ਆ, ਘੱਟ ਵੀ ਆ ਵੱਧ ਵੀ ਆ ਠੀਕ ਆ, ਉਹ ਇੰਡੀਆ ਜਿਵੇਂ ਇੰਡੀਆ ਦੇ ਹਿਸਾਬ ਆ, ਕੋਈ 15,000 ਲੈਂਦਾ, ਕੋਈ 30 ਦਿੰਦਾ, ਕੋਈ 25 ਦਿੰਦਾ, ਕੋਈ 5, ਕੋਈ 2,000 'ਤੇ ਕੰਮ ਕਰੀ ਜਾਂਦਾ ਹੈ ਨਾ, ਮਤਲਬ ਕਮਾਈ ਹੈਗੀ ਹੈ, ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ, ਜਿਹੜੇ ਬੰਦੇ ਨੂੰ ਬਸ ਥੋੜ੍ਹੀ ਇੰਗਲਿਸ਼, ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਵੀ ਇੰਗਲਿਸ਼ ਤਾਂ ਆਉਣੀ ਚਾਹੀਦੀ ਹੈ ਯਾਰ, ਤੁਸੀਂ ਕਿਹੜੀ ਮਰਜ਼ੀ ਕੰਟਰੀ ਦੇ ਵਿੱਚ ਚੱਲ ਜਾਓ, ਕਿਹੜੀ ਮਰਜ਼ੀ ਕੰਟਰੀ ਦੇ ਵਿੱਚ ਚੱਲ ਜਾਓ, ਤੁਹਾਨੂੰ ਉੱਥੇ ਇੰਗਲਿਸ਼ ਤਾਂ ਲਾਜ਼ਮੀ ਆ, ਤੁਸੀਂ ਆਪ ਹੀ ਸਿਆਣੇ ਹੋ ਨਾ, ਆਪਾਂ ਹੁਣ ਸਮਝਾਵਾਂਗੇ ਕਿਵੇਂ, ਦੱਸਾਂਗੇ ਕਿਵੇਂ, ਬੋਲਾਂਗੇ ਕੀ, ਫਿਰ ਉਹ ਗੈਸ ਲਾ ਲੈਂਦੇ ਨੇ ਵੀ ਇਹ ਬੰਦੇ ਨੂੰ ਘੱਟ ਪੈਸੇ ਦੇ ਦਈਏ, ਵੀ ਇਹ ਬੰਦੇ ਨੂੰ ਆਪਣੀ ਸਮਝ ਨਹੀਂ ਆਉਂਦੀ, ਫਿਰ ਉਹ ਇਸ਼ਾਰੇ ਇਸ਼ੂਰੇ ਦੇ ਨਾਲ ਸਮਝਾ ਕੇ ਆਪਦਾ ਕੰਮ ਚਲਾ ਲੈਂਦੇ ਆ ਠੀਕ ਆ। ਜੇ ਤੁਸੀਂ ਇੰਗਲਿਸ਼ ਜਾਣਦੇ ਹੋ ਫਿਰ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ, ਉਹਨਾਂ ਦੇ ਅੱਗੇ ਬੋਲ ਸਕਦੇ ਹੋ ਠੀਕ ਆ, ਸਾਰੀ ਗੱਲਬਾਤ ਕਰ ਸਕਦੇ ਹੋ। ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਪਿੱਕਾ ਜਿਹਦੇ ਵਿੱਚ ਆਪਾਂ ਦਾਰੂ ਲੱਦ ਕੇ ਲਿਆ, ਸੋਰੀ ਜਿਹਦੇ ਵਿੱਚ ਆਪਾਂ ਦਾਰੂ ਲੱਦ ਕੇ ਲਿਆਤੀ ਹੈ, ਦਿਖਾਉਂਦੇ ਆਹ ਪਤਾ ਨਹੀਂ ਕੀ ਇੱਧਰ ਟੈਟੂ ਜਾ ਦਿਖਾਉਣੇ ਤੁਹਾਨੂੰ, ਆਹ ਦੇਖ ਇੱਧਰ ਉਹ ਭਰਾਵਾ ਹੱਲ ਹੁੱਲ ਲਾਇਆ ਮਾੜਾ ਮੋਟਾ, ਪਤਾ ਨਹੀਂ ਕਿੱਥੇ ਜਾ ਰਿਹਾ ਇਹ ਯਾਰ, ਕਿਹਦੇ ਵਾਂਗੂ ਤੁਰਦਾ ਯਾਰ ਇਹ, ਹਾਂ ਗਾਂਧੀ ਨਹੀਂ ਮੇਰਾ ਗਾਂਧੀ, ਇਹ ਸਾਡੇ ਗਾਂਧੀ ਵਾਂਗੂ ਤੁਰਦਾ, ਸਾਡਾ ਗਾਂਧੀ ਮੈਂ ਬਣਾਇਆ ਹੋਇਆ ਆਹ ਹੜਾ ਸਾਡਾ ਪਿੱਕਾ ਜਿਹਾ, ਇਹ 'ਚ ਲਿਆਂਦੇ ਦਾਰੂ ਲੱਦ ਕੇ, ਦਾਰੂ ਇਹਦੇ ਵਿੱਚ ਆ, ਅਤੇ ਸਾਡੇ ਤਾਂ ਹੋਰ ਹੁੰਦੀ ਸੀ ਗੱਡੀ, ਅਸੀਂ ਉਹ 'ਚ ਲਿਆਉਂਦੇ ਸੀ ਪਹਿਲਾਂ,
ਬੜੀ ਛੱਟੀ ਆ ਦਾਰੂ ਬਾਬੇ, ਦਾਰੂ ਨਾਲ ਤਾਂ ਯਾਰੀ ਜੱਟ ਦੀ ਗੂੜੀ ਆ, ਦਾਰੂ ਨਹੀਂ ਛੱਡਦੀ ਪਿੰਡ ਆ। ਵਧੀਆ, ਚੱਲ ਕਰਮ ਵਾਲੇ ਨੂੰ ਮਿਲਦੀ ਹੈ ਵੀ। ਬਾਕੀ ਯਾਰ ਪਤਾ ਨਹੀਂ ਕਿਹਨੇ ਕਲੱਬ ਕਲੁੱਬ ਬਣੇ, ਮੈਨੂੰ ਸ਼ਾਇਦ ਪਤਾ ਨਹੀਂ ਕਿਹਨੇ, ਮਜ਼ਾ ਤੁਹਾਨੂੰ ਬਾਹਰੋਂ ਵੀ ਦਿਖਾ ਦਿੰਦੇ ਸਾਈਪ੍ਰੈਸ, ਹੈ ਨਾ। ਬਹੁਤ ਆ ਰਹੇ ਨੇ ਗੇ ਸਾਈਪ੍ਰੈਸ, ਬਹੁਤ ਸਟੂਡੈਂਟ ਵੀ ਬਹੁਤ ਆ ਰਹੇ ਨੇ, ਹੈ ਨਾ। ਅਤੇ ਇੰਸਟਾਗ੍ਰਾਮ ਬਾਈ ਯਾਰ ਨਾ, ਇੰਸਟਾਗ੍ਰਾਮ 'ਤੇ ਕਈ ਬਾਈ ਸੋਚ ਰਹੇ ਮੈਂ ਅਪਲਾਈ ਨਹੀਂ ਕਰ ਰਿਹਾ, ਇੰਸਟਾਗ੍ਰਾਮ 'ਤੇ ਕੋਈ ਮੈਸੇਜ ਨਹੀਂ ਦੇ ਰਿਹਾ, ਜਵਾਬ ਨਹੀਂ ਦੇ ਰਿਹਾ। ਪਤਾ ਨਹੀਂ ਯਾਰ, ਇੰਸਟਾਗ੍ਰਾਮ ਜਿਹੜਾ ਮੇਰਾ ਨੰਬਰ ਸੀ ਨਾ ਪੁਰਾਣਾ, ਹੈ ਨਾ, ਪੁਰਾਣਾ ਨੰਬਰ ਦੇ ਉੱਤੇ ਸਾਰਾ ਮਤਲਬ ਮੇਰਾ ਜਿਹੜੀ ਮੇਰੀ ਆਈਡੀ ਸੀ ਨਾ, ਠੀਕ ਆ, ਉਹ ਪੁਰਾਣੇ ਨੰਬਰ ਦੇ ਉੱਤੇ ਸਾਰਾ ਕੁਛ ਕਰਿਆ ਹੋਇਆ ਸੀ, ਆਈਡੀ ਉਡੀ ਭਰੀ ਸੀ। ਹੁਣ ਉਹ ਪੁਰਾਣਾ ਨੰਬਰ ਮੰਗੀ ਜਾਂਦੀ ਹੈ, ਪੁਰਾਣਾ ਨੰਬਰ 'ਤੇ ਮੈਂ ਜਦੋਂ ਨੈਕਸਟ ਕਰਦਾ ਉਹ ਕੋਡ ਮੰਗੀ ਜਾਂਦਾ ਯਾਰ, ਕੋਡ ਹੁਣ ਜਾਂਦਾ ਮੇਰੇ ਇੰਡੀਅਨ ਨੰਬਰ 'ਤੇ। ਇੰਡੀਅਨ ਨੰਬਰ ਹੁਣ ਬਾਈ ਨੂੰ ਕਈ ਵਾਰੀ ਕਿਹਾ ਮੈਂ ਵੀ ਬਾਈ ਇਹਤੇ ਕੋਡ ਆਉਂਦਾ ਦੱਸ ਦਿਓ, ਉਹ ਦੱਸਦਾ ਹੀ ਨਹੀਂ ਯਾਰ। ਉਹਦੇ ਕਰਕੇ ਯਾਰ ਇੰਸਟਾਗ੍ਰਾਮ ਨਾ ਮੇਰਾ ਬੰਦ ਆ। ਇੰਸਟਾਗ੍ਰਾਮ ਤਾਂ ਕੀ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਮੇਰੀ ਯੂਟਿਊਬ ਵੀ ਬੰਦ ਹੋ ਜੇ, ਹੈ ਨਾ, ਹੋ ਸਕਦਾ ਟਿਕਟੋਕ ਚੱਲਦਾ ਇੱਥੇ, ਟਿਕਟੋਕ 'ਤੇ ਵੀ ਉਹ ਆਪਸ਼ਨਾਂ ਹੀ ਆਉਣ ਲੱਗ ਗਈਆਂ ਹੁਣ, ਹੈ ਨਾ, ਸ਼ਾਇਦ ਉਹ ਵੀ ਜਲਦੀ ਉਹ ਬੰਦ ਹੋ ਜੇ। ਚਲੋ ਕੋਈ ਨਾ, ਆਪਾਂ ਨੂੰ ਕਿਹੜਾ ਕੋਈ ਬਾਹਲੀ ਕਮਾਈਆਂ ਆਉਂਦੀਆਂ ਨੇ ਇਹਨਾਂ ਤੋਂ, ਹੈ ਨਾ, ਕੋਈ ਗੱਲ ਨਹੀਂ, ਨਵਾਂ ਬਣਾ ਲਾਂਗੇ। ਅਤੇ ਚੈਨਲ ਨੂੰ ਜ਼ਰੂਰ ਬਾਈ ਬਣ ਕੇ ਸਬਸਕ੍ਰਾਈਬ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ, ਹੈ ਨਾ। ਚਲੋ ਬਾਕੀ ਬਣੇ ਰਿਹਾ ਕਰੋ ਵੀਡੀਓ ਦੇ ਨਾਲ, ਅਤੇ ਚੱਲਦੇ ਹਾਂ। ਉਹ ਖੜਾ ਆਪਣਾ ਪਿੱਕਾ ਦਾਰੂ ਦਾ ਲਿਆਂਦਾ ਸੀ ਭਰ ਕੇ, ਠੀਕ ਆ। ਅਤੇ ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਯੂਰਪ ਦੇ ਵਿੱਚ ਇੱਥੇ ਦਾਰੂ ਦੂਰੂ ਵਾਲਾ ਕੋਈ ਸਿਸਟਮ ਨਹੀਂ, ਕੋਈ ਠੇਕੇ ਠੂਕੇ ਨਹੀਂ, ਭਾਵੇਂ ਪਰਚੂਨ ਦੀ ਦੁਕਾਨ ਤੋਂ ਲੈ ਲਓ, ਤੁਹਾਨੂੰ ਦਾਰੂ ਮਿਲ ਜਾਣੀ ਆ, ਜਿਹੜੀ ਮਰਜ਼ੀ ਸ਼ੋਪ ਤੋਂ ਲੈ ਲਓ, ਦਾਰੂ ਆਮ ਆ, ਮੀਟ ਆਮ ਹੈ, ਠੀਕ ਆ ਬਾਈ। ਪਰ ਨਸ਼ੇ ਪੱਤੇ ਦਾ ਜ਼ਰੂਰ ਪਰਹੇਜ਼ ਰੱਖਿਆ ਕਰੋ ਮੇਰਾ ਭਰਾ, ਠੀਕ ਆ। ਉਹ ਇੱਥੇ ਇੰਨਾ ਹੈ ਨਹੀਂ, ਠੀਕ ਆ, ਜੇ ਹੈਗਾ ਤਾਂ ਉਹ ਬੱਸ 'ਚੋਂ ਬਾਹਰ ਆ, ਜਿਹੜੇ ਬੰਦੇ 400-500 ਕਮਾਉਣ ਵਾਲੇ ਨੇ ਉਹਨਾਂ ਦੇ ਬੱਸ ਦੇ ਵਿੱਚ ਹੈ ਨਹੀਂ, ਤਾਂ ਹੱਥ ਬੰਨ ਕੇ ਬੇਨਤੀ ਆ, ਕੋਈ ਮੇਰਾ ਵੀਰ, ਠੀਕ ਆ, ਨਸ਼ੇ ਪੱਤੇ ਕਰਦਾ ਤਾਂ ਉਹ ਇੰਡੀਆ ਹੀ ਆਪਦਾ ਛੱਡ ਛੁੱਡ ਕੇ ਆਵੇ, ਠੀਕ ਆ, ਇਹੋ ਜਿਹੇ ਚੱਕਰ 'ਚ ਨਾ ਪਵੇ। ਇੰਡੀਆ ਤੋਂ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਆਉਣਿਆ ਕਿ ਆਪਾਂ ਕਮਾਈ ਕਰੀਏ, ਇਹ ਨਹੀਂ ਹੈਗਾ ਕਿ ਵੀ ਆਏ ਚਲੋ ਜੀ ਨਸ਼ਾ ਪੱਤਾ ਖਾਧਾ ਅਤੇ ਚਲੋ ਸੌਂਗੇ, ਹੈ ਨਾ, ਇੱਦਾਂ ਦੇ ਕੰਮ ਨਾ ਕਰਿਆ ਕਰੋ। ਬਹੁਤ ਬੰਦੇ ਮੈਂ ਦੇਖਿਆ ਇੱਦਾਂ ਦੇ ਬੰਦੇ ਹੈਗੇ ਆ, ਤਾਂ ਚਿੱਟਾ ਚੋਟਾ ਬਹੁਤ ਲਾਉਂਦੇ ਆ, ਜਿਹੜੇ ਮੇਰੇ ਵੀਰ ਮਾਮਾ ਕਹਿੰਦੇ ਨੇ ਚਲੋ ਭਰਾ ਪੁੱਤ ਨੂੰ ਬਾਹਰ ਘੱਲ ਦਿੰਦੇ ਹਾਂ, ਠੀਕ ਆ, ਉਹ ਇੱਥੇ ਆ ਕੇ ਵੀ ਇੱਦਾਂ ਦੇ ਲੱਛਣ ਜੇ ਕਰਨ ਲੱਗ ਜਾਂਦਾ। ਤਾਂ ਬੇਨਤੀ ਹੈ ਸਾਰੇ ਮੇਰੇ ਭਰਾਵਾਂ ਨੂੰ, ਕੋਈ ਮੇਰਾ ਵੀਰ ਇੱਦਾਂ ਦੀਆਂ ਗਲਤ ਚੱਕਰਾਂ 'ਚ ਨਾ ਪਿਆ ਕਰੋ, ਮਾੜੀਆਂ ਸੰਗਤਾਂ ਦੇ ਵਿੱਚ ਨਾ ਬੈਠਿਆ ਕਰੋ, ਠੀਕ ਆ। ਮੈਂ ਤਾਂ ਇਹ ਵੀ ਕਹਿਣਾ ਵੀ ਆ ਦਾਰੂ ਦੂਰੂ ਵੀ ਨਾ ਪੀਆ ਕਰੋ, ਹੈ ਨਾ, ਛੱਡੋ ਯਾਰ, ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਹੈਗਾ, ਠੀਕ ਆ। ਬਹੁਤ ਚੀਜ਼ਾਂ ਬਣੀਆਂ ਨੇ ਖਾਣ ਨੂੰ, ਹੈ ਨਾ, ਹੈ ਨਾ, ਫਲ ਫਰੂਟ ਬਹੁਤ ਵਧੀਆ ਬਣਿਆ ਹੋਇਆ, ਉਹ ਚੀਜ਼ਾਂ ਖਾਇਆ ਕਰੋ, ਠੀਕ ਆ, ਆਪਦੀ ਸਿਹਤ ਦਾ ਧਿਆਨ ਰੱਖਿਆ ਕਰੋ ਮੇਰਾ ਭਰਾ, ਠੀਕ ਆ। ਬਾਹਰ ਆਏ ਹੋ ਤਾਂ 4 ਪੈਸੇ ਕਮਾਓ, ਤਾਂ ਆਪਣੀ ਮਾਂ ਪਿਓ ਨੂੰ ਕੁਛ ਬਣ ਕੇ ਦਿਖਾਓ, ਠੀਕ ਆ। ਓਕੇ, ਚਲੋ ਠੀਕ ਆ ਬਾਈ ਯਾਰ, ਬਾਹਲੀ ਲੰਬੀ ਵੀਡੀਓ ਨਾ ਕਰੀਏ। ਓਕੇ, ਬਾਏ, ਧੰਨਵਾਦ।